ਗੁੱਡ ਮਾਰਨਿੰਗ ਆਲ ਆਫ ਯੂ ਮਾਈ ਡੀਅਰ ਸਟੂਡੈਂਟਸ ਯੂ ਆਰ ਮੋਸਟ ਵੈਲਕਮ ਇਨ ਆਨਲਾਈਨ ਕਲਾਸਿਸ ਆਫ ਨਵ ਮਾਲਵਾ ਸੀਨੀਅਰ ਸੈਕੰਡਰੀ ਸਕੂਲ ਮਲਾਂ ਟੂਡੇ ਵੀ ਡਿਸਕਸ ਅਬਾਊਟ ਐਪਲੀਕੇਸ਼ਨ ਫਾਰਮੇਸ਼ਨ ਆਫ ਫਾਈਨ ਜੁਰਮਾਨਾ ਮਾਫੀ ਦੀ ਐਪਲੀਕੇਸ਼ਨ ਦੇ ਬਾਰੇ ਚ ਅੱਪਾ ਗੱਲਬਾਤ ਕਰਾਂਗੇ ਅੱਜ ਜੋ ਤੁਹਾਨੂੰ ਇਸ ਦੇ ਵਿੱਚ ਐਡਰੈਸ ਦਿੱਤਾ ਹੋਵੇਗਾ ਤੁਸੀਂ ਉਹੀ ਐਡਰੈਸ ਇੱਥੇ ਮੈਂਸ਼ਨ ਕਰਨਾ ਹੋਵੇਗਾ ਰਾਈਟ ਆਨ ਕਰਨਾ ਹੋਵੇਗਾ ਜਿਵੇਂ ਸਪੋ ਯੂ ਆਰ ਸਤੀਸ਼ ਕੁਮਾਰ ਤੁਸੀਂ ਮੰਨ ਲਓ ਤੁਸੀਂ ਸਤੀਸ਼ ਕੁਮਾਰ ਹੋ ਯੂ ਆਰ ਅ ਸਟੂਡੈਂਟ ਆਫ 9th ਬੀ ਕਲਾਸ ਫੋ ਗਵਰਨਮੈਂਟ ਹਾਈ ਸਕੂਲ ਅੰਮ੍ਰਿਤਸਰ ਤੁਸੀਂ ਗਵਰਨਮੈਂਟ ਹਾਈ ਸਕੂਲ ਅੰਮ੍ਰਿਤਸਰ ਦੇ 9th ਬੀ ਕਲਾਸ ਦੇ ਸਟੂਡੈਂਟ ਹੋ ਰਾਈਟ ਐਂਡ ਐਪਲੀਕੇਸ਼ਨ ਟੂ ਯੂਅਰ ਹੈਡ ਟੀਚਰ ਜਾਂ ਹੈਡ ਮਾਸਟਰ ਫਾਰ ਦਾ ਰਮਿਸ਼ਨ ਆਫ ਫਾਈਨ ਤੁਸੀਂ ਆਪਣੇ ਮੁੱਖ ਅਧਿਆਪਕ ਨੂੰ ਅਰਜੀ ਲਿਖਣੀ ਹੈ ਜੁਰਮਾਨਾ ਮਾਫੀ ਦੇ ਲਈ ਦਾ ਹੈਡਮਾਸਟਰ ਜੋ ਇੱਥੇ ਦਿੱਤਾ ਹੋਇਆ ਗਵਰਨਮੈਂਟ ਹਾਈ ਸਕੂਲ ਅੰਮ੍ਰਿਤਸਰ ਤੁਸੀਂ ਉਹੀ ਲਿਖੋਗੇ ਸਰ ਅਵਰ ਇੰਗਲਿਸ਼ ਟੀਚਰ ਗਿਵ ਅਸ ਅ ਟੈਸਟ ਔਨ ਮੰਡੇ ਸਾਡੇ ਇੰਗਲਿਸ਼ ਜਾਂ ਅੰਗਰੇਜ਼ੀ ਦੇ ਅਧਿਆਪਕ ਨੇ ਸਾਡਾ ਸੋਮਵਾਰ ਟੈਸਟ ਲੈਣਾ ਸੀ ਉਹਨੇ ਸਾਨੂੰ ਟੈਸਟ ਦਿੱਤਾ ਸੀ ਦਾ ਥਰਡ ਡੇ ਉਸ ਦਿਨ ਆਈ ਵਾਸ ਸਫਰਿੰਗ ਫਰਮ ਹਾਈ ਫੀਵਰ ਇਹਦੀ ਜਗ੍ਹਾ ਤੁਸੀਂ ਲਿਖੋ ਬਟ ਆਈ ਵਾਸ ਇਲ ਪਰ ਮੈਂ ਬਿਮਾਰ ਸੀ ਠੀਕ ਹੈ ਬਟ ਆਈ ਵਾਸ ਇਲ ਪਰ ਮੈਂ ਬਿਮਾਰ ਸੀ ਆਈ ਕੁਡ ਨਾਟ ਟੇਕ ਦਾ ਟੈਸਟ ਮੈਂ ਟੈਸਟ ਨਹੀਂ ਦੇ ਸਕਿਆ ਦਾ ਟੀਚਰ ਫਾਈਨਡ ਮੀ 10 ਰੁਪੀ ਮੇਰੇ ਅਧਿਆਪਕ ਨੇ ਮੈਨੂੰ 10 ਰੁਪਏ ਜੁਰਮਾਨਾ ਕਰਤਾ ਆਈ ਵਾਂਟਡ ਟੂ ਟੇਕ ਦਾ ਟੈਸਟ ਮੈਂ ਟੈਸਟ ਦੇਣਾ ਚਾਹੁੰਦਾ ਸੀ ਬਟ ਪਰ ਕਨ ਨਾ ਡਿਊ ਟੂ ਮਾਈ ਇਲਨੈਸ ਪਰ ਬਿਮਾਰ ਹੋਣ ਕਰਕੇ ਮੈਂ ਟੈਸਟ ਨਹੀਂ ਦੇ ਸਕਿਆ ਕੰਡਲੀ ਕਿਰਪਾ ਕਰਕੇ ਐਡਮਿਟ ਰੀਮਿਟ ਮਾਈ ਫਾਈਨ ਮੈਟ ਨੂੰ ਦਾ ਮਾਫ ਕਰਨਾ ਮਾਈ ਫਾਈਨ ਐਂਡ ਅਬਲਾਈਜ਼ ਹੁੰਦਾ ਜ਼ਰੂਰੀ ਤੇ ਕਿਰਪਾ ਕਰਕੇ ਮੇਰਾ ਜੁਰਮਾਨਾ ਜ਼ਰੂਰੀ ਮਾਫ ਕੀਤਾ ਜਾਵੇ ਯੂਅਰਸ obediently ਤੁਹਾਡਾ ਆਗਿਆਕਾਰ ਜੋਤਿ ਨਾਮ ਦਿੱਤਾ ਹੋਇਆ ਤੁਹਾਨੂੰ ਵੀ ਸਪੋਜ਼ ਯੂਅਰਸ ਸतीश ਕੁਮਾਰ ਦਾ ਇੱਥੇ ਲਿਖੋਗੇ ਸतीश ਕੁਮਾਰ ਕਲਾਸ ਮੈਂਸ਼ਨ ਕੀਤੀ ਹੋਈ ਹੈ 9th B ਕਲਾਸ ਲਿਖੋਗੇ 9th B ਨੀਚੇ ਡੇਟ ਸੋ ਐਸੀ ਤੁਹਾਡੀ ਐਪਲੀਕੇਸ਼ਨ ਐਡਮਿਸ਼ਨ ਆਫ ਫਾਈ ਤੁਸੀਂ ਇਸ ਨੂੰ ਰਾਈਟ ਡਾਉਨ ਕਰਨਾ ਐਂਡ ਲਰਨ ਕਰਨਾ ਹੈ